ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਭਰਵਾਂ ਕਰੇਲੇ ਇਹ ਕਰੇਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਅਤੇ ਜਿਹੜੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਾਂਗੀ ਉਸ ਤਰੀਕੇ ਨਾਲ ਇਹ ਕਰੇਲੇ ਬਿਲਕੁਲ ਵੀ ਕੜਵੇ ਨਹੀਂ ਬਣਦੇ ਤੁਸੀਂ ਇਹਨਾਂ ਨੂੰ ਇੱਕ ਹਫ਼ਤਾ ਫਰਿੱਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਅਤੇ ਚਲੋ ਆਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਕਿਲੋ ਦੇ ਕਰੀਬ ਮੈਂ ਇੱਥੇ ਕਰੇਲੇ ਲਏ ਹਾਂ ਅਤੇ ਇਹਨਾਂ ਦਾ ਛਿਲਕਾ ਉਤਾਰ ਲਾਂਗੇ ਅਸੀਂ ਸਾਰੇ ਹੀ ਕਰੇਲੇ ਮੈਂ ਛਿਲ ਲਏ ਆ ਅਤੇ ਇਹਨਾਂ ਦੇ ਉੱਪਰ ਅਸੀਂ ਇੱਕ ਚਮਚ ਨਮਕ ਲਗਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਮਕ ਨਾਲ ਅਸੀਂ ਇਸ ਤਰ੍ਹਾਂ ਰਗੜ ਰਗੜ ਕੇ ਲਗਾਵਾਂਗੇ ਨਮਕ ਤੁਸੀਂ ਦੇਖ ਸਕਦੇ ਹੋ ਇਸਦਾ ਇਹਦੇ ਨਾਲ ਕੀ ਹੋਏਗਾ ਜਿਹੜੀ ਕੜਵਾਹਟ ਹੈ ਉਹ ਸਾਰੀ ਹੀ ਨਿਕਲ ਜਾਏਗੀ ਹੁਣ ਅਸੀਂ ਇੱਕ ਬਾਊਲ ਲਵਾਂਗੇ ਉਹਦੇ ਉੱਪਰ ਰੱਖਾਂਗੇ ਟੋਕਰੀ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਕਰੇਲੇ ਲਗਾ ਦਾਂਗੇ ਅਤੇ ਹੁਣ ਅਸੀਂ ਇਹਨਾਂ ਨੂੰ ਢੱਕ ਕੇ ਰੱਖਾਂਗੇ ਇੱਕ ਜਾਂ ਦੋ ਘੰਟੇ ਵਾਸਤੇ ਘੱਟੋ ਘੱਟ ਇੱਕ ਘੰਟਾ ਤਾਂ ਜ਼ਰੂਰ ਰੱਖਣਾ ਹੈ ਧੁੱਪ ਵਿੱਚ ਬਿਲਕੁਲ ਨਹੀਂ ਰੱਖਣਾ ਇਹਨਾਂ ਨੂੰ ਨਹੀਂ ਤਾਂ ਉਹਦੇ ਨਾਲ ਚੀੜੇ ਹੋ ਜਾਣਗੇ ਅਤੇ ਦੋ ਘੰਟੇ ਬਾਅਦ ਚੈੱਕ ਕਰਦੇ ਹਾਂ ਦੇਖੋ ਕਿੰਨਾ ਜ਼ਿਆਦਾ ਪਾਣੀ ਨਿਕਲਿਆ ਹੈ ਇਹ ਪਾਣੀ ਬਿਲਕੁਲ ਕੜਵਾ ਇਹਨਾਂ ਨੂੰ ਸੁੱਟ ਦਾਂਗੇ ਅਤੇ ਹੁਣ ਅਸੀਂ ਕਰੇਲੇ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਵਾਸ਼ ਕਰ ਲਾਂਗੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਤਾਂ ਅਸੀਂ ਟੋਕਰੀ ਵਿੱਚ ਕੱਢ ਲਵਾਂਗੇ ਅਤੇ ਹੁਣ ਇੱਕ ਟੋਕਰੀ ਵਿੱਚ ਅਸੀਂ ਇੱਕ ਸਾਫ਼ ਕੱਪੜਾ ਵਿਛਾਵਾਂਗੇ ਅਤੇ ਇਹਦੇ ਵਿੱਚ ਸਾਰੇ ਕਰੇਲੇ ਧੋਤੇ ਹੋਏ ਜਿਹੜੇ ਉਹ ਰੱਖ ਦੇਵਾਂਗੇ ਅਤੇ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਰਗੜ ਰਗੜ ਕੇ ਸਾਫ਼ ਕਰਨਾ ਹੈ ਤਾਂ ਕਿ ਜਿਹੜਾ ਇਸਦਾ ਪਾਣੀ ਹੈ ਉਹ ਬਿਲਕੁਲ ਹੀ ਸੁੱਕ ਜਾਵੇ ਅਤੇ ਹੁਣ ਕਰੇਲੇ ਵਿੱਚ ਕੱਟ ਲਗਾ ਕੇ ਸਾਰੇ ਬੀਜ ਇਸ ਵਿੱਚੋਂ ਕੱਢ ਦੇਵਾਂਗੇ ਜਿਹੜੇ ਬੀਜ ਪੱਕੇ ਹੋਏ ਹਨ ਉਹ ਤਾਂ ਅਸੀਂ ਬਿਲਕੁਲ ਸੁੱਟ ਦੇਵਾਂਗੇ ਔਰ ਜਿਹੜੇ ਬੀਜ ਥੋੜ੍ਹੇ ਸੌਫਟ ਲੱਗ ਰਹੇ ਆ ਉਹ ਅਸੀਂ ਰੱਖ ਲਵਾਂਗੇ ਉਸਨੂੰ ਅਸੀਂ ਸਟਫਿੰਗ ਵਿੱਚ ਯੂਜ਼ ਕਰਾਂਗੇ ਸਾਰੇ ਕਰੇਲਿਆਂ ਦੇ ਮੈਂ ਬੀਜ ਕੱਢ ਲਏ ਹਾਂ ਤਾਂ ਇਹ ਵਾਲੇ ਸੌਫਟ ਬੀਜ ਜਿਹੜੇ ਉਹ ਅਸੀਂ ਯੂਜ਼ ਕਰਾਂਗੇ ਹੁਣ ਅਸੀਂ ਇੱਥੇ ਲਿਆਏ ਤੇਲ ਕੜਾਹੀ ਵਿੱਚ ਤੇਲ ਗਰਮ ਹੈ ਅਤੇ ਇਹਦੇ ਵਿੱਚ ਅਸੀਂ ਡੀਪ ਫਰਾਈ ਕਰਾਂਗੇ ਸਾਰੇ ਕਰੇਲੇ ਗੈਸ ਦੀ ਫਲੇਮ ਅਸੀਂ ਹਾਈ ਰੱਖਾਂਗੇ ਅਤੇ ਵਿੱਚ ਵਿੱਚ ਅਸੀਂ ਕਰੇਲਿਆਂ ਨੂੰ ਇਸ ਤਰ੍ਹਾਂ ਉਲਟ ਪੁਲਟ ਕਰਦੇ ਰਵਾਂਗੇ ਹਲਕਾ ਜਿਹਾ ਲਾਈਟ ਗੋਲਡਨ ਕਲਰ ਆ ਗਿਆ ਹੈ ਅਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਜਿਹੜੇ ਕਰੇਲੇ ਹੋ ਗਏ ਹੈ ਜ਼ਿਆਦਾ ਉਹਨਾਂ ਨੂੰ ਅਸੀਂ ਪਹਿਲਾਂ ਕੱਢ ਲਾਂਗੇ ਅਤੇ ਦੂਸਰਿਆਂ ਨੂੰ ਅਸੀਂ ਬਾਅਦ ਵਿੱਚ ਬਾਹਰ ਕੱਢ ਲੈਂਦੇ ਹਾਂ ਤੇਲ ਨੂੰ 2 ਮਿੰਟ ਹੋਰ ਗਰਮ ਕਰਾਂਗੇ ਅਤੇ ਇੱਕ ਵਾਰੀ ਫਿਰ ਸਾਰੇ ਕਰੇਲੇ ਇਹਦੇ ਵਿੱਚ ਪਾ ਦਾਂਗੇ ਅਤੇ ਇਹਨਾਂ ਨੂੰ ਫਿਰ ਇੱਕ ਵਾਰ ਡੀਪ ਫਰਾਈ ਜ਼ਰੂਰ ਕਰਨਾ ਹੈ ਇਹਦੇ ਨਾਲ ਜਿਹੜੇ ਕਰੇਲੇ ਆ ਬਹੁਤ ਹੀ ਵਧੀਆ ਗੋਲਡਨ ਕਲਰ ਆਏਗਾ ਅਤੇ ਜਿਹੜਾ ਮਾੜਾ ਮੋਟਾ ਕੱਚਾ ਪਨ ਹੈ ਉਹ ਵੀ ਨਿਕਲ ਜਾਏਗਾ ਕਰੇਲੇ ਬਹੁਤ ਹੀ ਵਧੀਆ ਫਰਾਈ ਹੋਏ ਹਨ ਅਤੇ ਬਹੁਤ ਹੀ ਵਧੀਆ ਗੋਲਡਨ ਕਲਰ ਆਇਆ ਹੈ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਅਤੇ ਹੁਣ ਕੜਾਹੀ ਵਿੱਚ ਵਾਧੂ ਤੇਲ ਕੱਢ ਲਵਾਂਗੇ 3-4 ਵੱਡੇ ਚਮਚ ਤੇਲ ਦੇ ਉਹਦੇ ਵਿੱਚ ਅਸੀਂ ਪਾਵਾਂਗੇ 1/2 ਚਮਚ ਜੀਰਾ ਅਤੇ ਜਿਹੜੇ ਅਸੀਂ ਕਰੇਲਿਆਂ ਦੇ ਬੀਜ ਲਏ ਸੀਗੇ ਸੌਫਟ ਵਾਲੇ ਉਹਨਾਂ ਨੂੰ ਅਸੀਂ ਗ੍ਰਾਇੰਡ ਕਰਕੇ ਇਸ ਤਰ੍ਹਾਂ ਰੋਸਟ ਕਰਾਂਗੇ ਗੋਲਡਨ ਬਰਾਊਨ ਹੋਣ ਤੱਕ 1-1.5 ਮਿੰਟ ਦੇ ਵਿੱਚ ਹੀ ਇਹ ਗੋਲਡਨ ਬਰਾਊਨ ਹੋ ਗਏ ਹਨ ਅਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ 4-5 ਪਿਆਜ਼ ਗ੍ਰੇਟ ਕੀਤੇ ਹੋਏ ਇਹਨਾਂ ਨੂੰ ਮਿਕਸ 'ਚ ਬਿਲਕੁਲ ਵੀ ਨਹੀਂ ਪੀਸਣਾ ਚੋਪਰ ਨਾਲ ਚੋਪ ਕਰੋ ਜਾਂ ਫਿਰ ਤੁਸੀਂ ਗ੍ਰੇਟਰ ਨਾਲ ਤੁਸੀਂ ਇਹਨਾਂ ਨੂੰ ਗ੍ਰੇਟ ਕਰ ਸਕਦੇ ਹੋ ਪਿਆਜ਼ ਦਾ ਗੋਲਡਨ ਕਲਰ ਆ ਗਿਆ ਹੈ ਅਤੇ ਪਾਣੀ ਵੀ ਸੁੱਕ ਗਿਆ ਹੈ ਇਹਨਾਂ ਦਾ ਹੁਣ ਅਸੀਂ 'ਚ ਪਾਵਾਂਗੇ 2 ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਅਤੇ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਮਿਕਸ ਕਰਾਂਗੇ ਅਤੇ ਹੁਣ ਅਸੀਂ ਪਾਵਾਂਗੇ 1/2 ਚਮਚ ਲਾਲ ਮਿਰਚ 1/2 ਚਮਚ ਹਲਦੀ ਪਾਊਡਰ 1/2 ਚਮਚ ਪਾਵਾਂਗੇ ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾਵਾਂਗੇ ਚਮਚ ਦਾ 1/4 ਹਿੱਸਾ ਨਮਕ ਪਾਵਾਂਗੇ ਸਵਾਦ ਅਨੁਸਾਰ ਅਤੇ ਇਹਦੇ ਵਿੱਚ ਪਾਵਾਂਗੇ ਅਸੀਂ ਅਨਾਰਦਾਣਾ ਪਾਊਡਰ 1 ਚਮਚ ਭਰ ਕੇ ਇਹ ਬਹੁਤ ਹੀ ਜ਼ਰੂਰੀ ਇੰਗਰੀਡੈਂਟ ਹੈ ਤੁਸੀਂ ਜ਼ਰੂਰ ਪਾਇਓ ਅਗਰ ਤੁਸੀਂ ਅਨਾਰਦਾਣਾ ਨਹੀਂ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਪਾ ਸਕਦੇ ਹੋ ਇਹਦੇ ਨਾਲ ਬਹੁਤ ਹੀ ਵਧੀਆ ਖੱਟਾ ਖੱਟਾ ਟੈਂਗੀ ਟੇਸਟ ਆਏਗਾ ਜਿਹੜਾ ਕਿ ਕਰੇਲਿਆਂ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਅਤੇ ਹੁਣ ਪਿਆਜ਼ ਦੇ ਮਸਾਲੇ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਏ ਹਨ ਅਤੇ ਇਹਨਾਂ ਨੇ ਹਲਕਾ ਜਿਹਾ ਤੇਲ ਵੀ ਛੱਡ ਦਿੱਤਾ ਹੈ ਅਤੇ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ ਧਨੀਆ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਸਟਫਿੰਗ ਸਾਡੀ ਬਿਲਕੁਲ ਤਿਆਰ ਹੈ ਅਤੇ ਹੁਣ ਸਾਰੇ ਕਰੇਲਿਆਂ ਵਿੱਚ ਅਸੀਂ ਮਸਾਲਾ ਭਰ ਲਵਾਂਗੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਦੇਖਣ 'ਚ ਅੱਛੇ ਲੱਗ ਰਹੇ ਆ ਅਤੇ ਖਾਣ 'ਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹਨ ਇਸ ਤਰ੍ਹਾਂ ਤੁਸੀਂ ਕਰੇਲੇ ਬਣਾਓਗੇ ਤਾਂ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਨਿਕਲੇਗਾ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਫਿਰ ਮਿਲਦੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ